acuerdo, Tigre? ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ। ਅਤੇ ਵੀਰੇ, ਕੱਲ੍ਹ ਆਪਾਂ ਨੇ ਟਰੈਕਟਰ ਪਾਏ ਤੇ ਦੋ, ਇੱਕ ਅਰਜਨ ਪਾਇਆ ਤਾ, ਇੱਕ ਆਪਾਂ ਨੇ ਪਾਇਆ ਤਾ ਬਾਈ 40x HMT। ਅਤੇ ਸਭ ਤੋਂ ਪਹਿਲਾਂ ਮਿਲੋ ਬਾਈ ਲਾਡੀ ਬਾਈ ਨੂੰ। ਹੋਰ ਲਾਡੀ ਵੀਰੇ, ਕੀ ਹਾਲ ਹੈ ਜੀ? ਵਧੀਆ, ਠੀਕ ਠਾਕ ਜੀ। ਠੀਕ ਠਾਕ ਹੈ ਜੀ, ਕੀ ਹਾਲ ਹੈ? ਠੀਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਜੀ। ਅਤੇ ਅੱਜ ਪਾਰਟੀ ਜੱਗੂ ਸਰ ਦੋ ਹੋ ਗਈਆਂ। ਹਾਂ, ਇੱਕ 475 ਵੀ ਵੇਚਤਾ ਤੇ 40x ਵੀ 40x ਵੇਚਤਾ। ਠੀਕ ਹੈ ਬਾਈ, ਆਪਾਂ ਦੋਹਾਂ ਦੀ ਗੱਲ ਭਾਈ ਜੀ, ਉਹ ਵੀ ਅਰਜਨ ਦੀ ਪਾਈ ਸੀ ਕੱਲ੍ਹ ਪਾਈ ਸੀ ਵੀਰੇ। ਹਾਂ, ਕੱਲ੍ਹ ਪਾਈ ਦੀ ਵੀਡੀਓ ਆਪਾਂ ਨੇ 605 ਮਿੰਟ। ਠੀਕ ਆ, ਲਾਡੀ ਬਾਈ ਇੱਕ ਗੱਲ ਹੋਰ ਹੈ, ਇਹਦੇ ਟਰੈਕਟਰ ਦੇ ਜਿੰਨੇ ਵੀ ਸ਼ੌਕੀਨ ਆ, ਮੈਨੂੰ ਜਿੰਨੇ ਵੀ ਫੋਨ ਆਏ, ਸਾਰੇ ਮੋਗਾ ਏਰੀਆ, ਬਰਨਾਲਾ ਏਰੀਆ, ਇੱਧਰ ਦੇ ਆਪਣੇ ਏਰੀਏ ਤੋਂ ਕੋਈ ਫੋਨ ਨਹੀਂ ਆਇਆ ਦਾ, ਯਾਨੀ ਕਿ ਸਾਰੇ ਹੀ। ਮੈਂ ਕਹਿੰਦਾ ਕੱਲ੍ਹ ਦੇ ਮੈਨੂੰ 20-30 ਫੋਨ ਆ ਲਏ ਆਹ ਟਰੈਕਟਰ ਦੇ। ਹਾਂ ਯਾਰ, ਉੱਧਰ ਲੈ ਨਾ, ਜਿਵੇਂ ਮਾਨਸਾ ਹੋਇਆ, ਮੋਗਾ ਹੋਇਆ, ਉਹ ਏਰੀਏ 'ਚ ਹਜੇ ਵੀ ਜੱਗੂ ਬਾਈ 35x 35x 11, 40x 61, 65x ਉੱਧਰ ਹਜੇ ਵੀ ਇਹ ਚੱਲਦੇ ਨੇ। ਉੱਧਰ ਹੈਗਾ ਕਰੇਜ ਇਹਨਾਂ ਦਾ, ਹੈ ਨਾ, ਇਹਨਾਂ ਦਾ ਕਰੇਜ ਆ ਉੱਧਰ। ਵਧੀਆ ਦੇਖ ਲੈ ਇਹਨਾਂ ਨੂੰ, ਆਹ ਪੰਪ ਹਵਾ ਵਾਲਾ, ਕੰਪਰੈਸ਼ਰ ਦੇਖ ਲਓ ਬਾਈ, ਲੱਗਿਆ ਲਗਾਇਆ ਆਉਂਦਾ ਇਹਨਾਂ ਨੂੰ। ਜਿਹੜਾ ਕੰਮ ਕਰਦਾ ਹੋਊਗਾ, ਖੜਾ ਹੋਊਗਾ ਇਹ, ਜਿਹੜੇ ਫੀਚਰ ਅੱਜ ਦੇ ਟਰੈਕਟਰਾਂ ਨੂੰ ਆਉਂਦੇ ਆ ਨਾ, 8-9 ਲੱਖ ਦੇ ਟਰੈਕਟਰਾਂ ਨੂੰ ਆਉਂਦੇ ਆ, ਉਹ ਸਾਰੇ ਆ ਜੀ ਇਹਦੇ ਵਿੱਚ। ਉਹ ਇਹਦੇ ਜਾਨੀ ਕਿ ਬਹੁਤ ਪਹਿਲਾਂ ਪਾਤੇ ਦੇ ਇਹਨਾਂ ਨੇ। ਹਾਂ, ਡਬਲ ਕਲੱਚ ਵੀ ਆ, ਹਾਂ, ਤੇ ਪ੍ਰੈਸ਼ਰ ਬ੍ਰੇਕਾਂ ਵੀ ਆ, ਉਹ ਫੀਚਰ ਬਹੁਤ ਪਹਿਲਾਂ ਪਾਤੇ ਤੇ। ਠੀਕ ਹੈ ਗੱਲ। ਗੇਅਰਾਂ ਦੇ ਵਿੱਚ PTO ਇਹਦੀ, ਗੇਅਰਾਂ 'ਚ PTO, ਗੇਅਰਾਂ 'ਚ PTO ਵੀ ਆ, ਫਿਰ ਲਾਡੀ ਡਬਲ ਕਲੱਚ ਵੀ ਆ, ਸਾਰੇ ਫੰਕਸ਼ਨ ਲਗਭਗ, ਮਤਲਬ ਕਿ ਰੇਟ ਦੇ ਹਿਸਾਬ ਨਾਲ ਆਪਾਂ ਨੂੰ ਸਾਰੇ ਫੰਕਸ਼ਨ ਮਿਲ ਜਾਣੇ ਟਰੈਕਟਰਾਂ 'ਚ। ਲਾਡੀ ਊਂ ਵੀ ਇਹਦਾ ਲੋਹਾ ਬਹੁਤ ਬਾਈ ਨਿੱਗਰ ਆ ਟਰੈਕਟਰ ਦਾ, ਹੈ ਨਾ। ਹਾਂ, ਲੋਹਾ ਬਹੁਤ ਨਿੱਗਰ ਹੈ, ਸਮਝ ਲਾ ਵੀ 40-45। ਇੱਕ ਲਾਡੀ ਹੋਰ ਹੈ, ਟਰੈਕਟਰ ਲੰਬੇ ਆ, ਲੰਬਾਈ 'ਚ ਖੜੇ ਖੁੜੇ ਘੱਟ ਹੁੰਦੇ ਆ, 40-45 ਹੌਸ ਪਾਵਰ 'ਚ ਹੋਊਗਾ ਇੰਨੇ ਦਾ। ਹਾਂ, 40 ਪਾਵਰ ਦਾ ਹੋਊਗਾ ਮੇਰੇ ਹਿਸਾਬ ਨਾਲ ਬਾਈ। ਪਿਛਲਾ ਹਿੱਸਾ ਦੇਖੋ ਟਰੈਕਟਰ ਦਾ ਕਿੰਨਾ ਹੈਵੀ, ਲੋ ਟਿਊਬਾਂ ਦੇ ਲਾ ਲਾਡੀ, ਪਿਛਲੀਆਂ ਕਹੀਆਂ ਹੀ ਹੈਵੀ, ਅੱਜ ਕੱਲ੍ਹ ਦੇ ਟਰੈਕਟਰਾਂ ਨੂੰ ਆਉਂਦੇ ਨੇ, ਹੈ ਨਾ। ਇੱਕ ਵਾਰ ਰੋਕੀ ਵੀਰੇ, ਕਰਤਾਲ ਵੀਰਾ ਜੀ, ਬਾਪੂ ਜੀ ਇੱਕ ਮਿੰਟ ਆ ਜਾਓ ਮਾੜਾ ਜਿਹਾ ਵੀਰੇ, ਆ ਜਾਓ ਮਾੜਾ ਜਿਹਾ। ਸਤਿ ਸ਼੍ਰੀ ਅਕਾਲ ਬਾਪੂ ਜੀ। ਹੋਰ ਵੀਰ ਜੀ, ਕੀ ਹਾਲ ਚਾਲ ਹੈ ਜੀ? ਅਤੇ ਵੀਰ ਜੀ, ਐਂ ਦੱਸੋ ਵੀ ਕਿੱਥੋਂ ਆਏ ਜੀ ਆਪਾਂ? ਕੋਟਕਪੁਰੇ ਤੋਂ ਜੀ। ਠੀਕ ਹੈ ਜੀ, ਪੰਜਾਬ ਘੱਟਦੇ ਘੱਟ ਵੀ 200 ਕਿਲੋਮੀਟਰ ਵੱਟ ਪੈ ਗਈ ਆਪਾਂ ਨੂੰ ਜੀ। ਠੀਕ ਹੈ, ਠੀਕ ਹੈ ਜੀ। ਦੂਰ ਵੀ ਬਹੁਤ ਹੋ ਜਾਂਦਾ, ਕਿਉਂਕਿ ਇੱਕ ਤਾਂ ਊਂ ਦਿਨ ਛੋਟੇ ਆ ਸਿਆਲਾ ਕਰਕੇ, ਪਰ ਉਹ ਐਂ ਨਾ ਜਦੋਂ ਰਾਤ ਪਤਾ ਲੱਗ ਜਾਂਦਾ ਸਾਨੂੰ। ਅੱਛਾ ਜੀ, ਫਿਰ ਤਾਂ ਜੀ ਤੜਕੇ ਹੋਰ ਸਿਆਲਾ ਤੁਰ ਪੈਂਦੇ। ਨਹੀਂ ਵੈਸੇ ਮੇਰੇ ਰਾਤ ਬਾਈ ਦਾ ਆਏ ਸੀ ਫੋਨ, ਚੱਕ ਨਹੀਂ ਹੋਇਆ, ਸਵੇਰੇ ਹੀ ਗੱਲ ਹੋਈ ਸੀ ਬਾਈ ਨਾਲ ਸਵੇਰੇ। ਹਾਂ, ਫਿਰ ਉਹ ਹਿਸਾਬ ਨਾਲ ਬੰਦਾ ਕਈ ਵਾਰ ਸਵੇਰੇ ਤੁਰ ਪੈਂਦਾ ਜੀ। ਠੀਕ ਹੈ, ਟਰੈਕਟਰ ਵਧੀਆ ਲੱਗਿਆ ਤੁਹਾਨੂੰ ਜੀ? ਠੀਕ ਹੈ, ਬਾਕੀ ਚਲੋ ਸਾਨੂੰ ਚਲਾਹੇ 'ਤੇ ਪਤਾ ਲੱਗੂਗਾ ਜੀ। ਆਪਣੇ ਕੋਲ ਵੀ ਬਾਈ ਚੱਕਰ ਆਏ, ਆਪਣੇ ਕੋਲ ਵੀ ਜਦੋਂ ਆਉਂਦੇ, ਆਪਣੇ ਕੋਲ ਟਰੈਕਟਰ ਚੱਲੇ ਵੀ ਆਉਂਦੇ ਨੇ ਜੀ। ਜਿੱਕਣ ਆਪਾਂ ਨੂੰ ਕਹਾਂ ਜ਼ਿਮੀਦਾਰ ਕਹਿੰਦਾ, ਉੱਦਾਂ ਆਪਾਂ ਤੁਹਾਨੂੰ ਕਹਿ ਕੇ ਦੇ ਦਿੰਦੇ ਹਾਂ। ਠੀਕ ਹੈ ਜੀ, ਭਰੋਸਾ ਹੀ ਹੁੰਦਾ ਸਭ ਤੋਂ ਬੜੀ ਗੱਲ ਜੀ। ਠੀਕ ਨਹੀਂ ਜੀ? ਹਾਂ, ਬਾਕੀ ਚਲੋ ਕੋਈ ਗੱਲ ਨਹੀਂ, ਅਤੇ ਬਿਲਕੁਲ ਜੀ, ਠੀਕ ਹੈ ਜੀ, ਧੰਨਵਾਦ ਅੰਕਲ ਜੀ, ਬਹੁਤ ਬਹੁਤ ਤੁਹਾਡਾ ਜੀ। ਠੀਕ ਹੈ ਜੀ, ਅਤੇ ਲੋ ਬਾਈ ਟਰੈਕਟਰ ਅੱਜ ਦੇ ਤਾ ਆਪਾਂ ਨੇ, ਅਤੇ ਅਰਜਨ ਦੇ ਵੀ ਬਾਈ ਅੱਜ 2-3 ਵੀਰ ਆਏ ਸੀ ਦੇਖਣ ਵੀਡੀਓ ਵਾਲੇ, ਅਤੇ ਟਰੈਕਟਰ ਦੇਖ ਗਏ ਬਾਈ। ਬਾਕੀ ਵਿੱਚ ਟਰੈਕਟਰ ਕੱਟ ਹੁੰਦੇ ਤੇ ਬਾਈ, ਫਿਰ ਤੁਹਾਨੂੰ ਪਤਾ ਹੈ ਕਈ ਵਾਰ ਜਿਹੜਾ ਵਿੱਚ ਟਰੈਕਟਰ ਕੱਟਣਾ, ਉਹਦੇ ਬਾਅਦ ਦੇ ਨਾਲ ਕਈ ਵਾਰ ਸੌਦਾ ਰਹਿ ਜਾਂਦਾ ਟਰੈਕਟਰ ਦਾ ਬਾਈ। ਕੱਲ੍ਹ ਆਪਾਂ ਨੇ ਦੱਸ ਨਹੀਂ ਹੋਇਆ ਵੀਡੀਓ ਦੇ ਵਿੱਚ,
ਜਿਹੜੇ ਆ ਵਿੱਚ ਵੇਟ ਪਏ ਨੇ ਬਾਈ ਇਹ ਲੋਹੇ ਦੇ ਨਹੀਂ ਹੈਗੇ, ਇਹ ਦੂਜੇ ਜਿਹੜੇ ਆਮ ਹੁੰਦੇ ਨੇ ਫਾਈਬਰ ਵਾਲੇ। ਠੀਕ ਹੈ ਜੀ। ਅੱਜ ਇੱਕ ਬਾਈ ਦੇਖਣ ਆਏ ਉਹ ਕਹਿੰਦੇ ਵੀ ਸਾਨੂੰ ਵੀ ਲੱਗਿਆ ਵੀ ਕਿਤੇ ਲੋਹੇ ਦੇ ਨੇ, ਮੈਂ ਕਿਹਾ ਵੀਰੇ ਲੋਹੇ ਦੇ ਨਹੀਂ ਹੈਗੇ, ਆਪਾਂ ਨੇ ਵੀ ਨਹੀਂ ਗੱਲ ਕਰੀ ਕੁਦਰਤੀ, ਸਾਡੇ ਦਿਮਾਗ 'ਚ ਨਹੀਂ ਆਇਆ, ਅਤੇ ਉਹ ਚੀਜ਼ ਦਾ ਥੋੜ੍ਹਾ ਜਿਹਾ ਭੁਲੇਖਾ ਪੈ ਜਾਂਦਾ ਅਤੇ ਅੱਜ ਆਪਾਂ ਨੇ ਦੱਸਤਾ। ਅਤੇ ਇੱਕ ਗੱਲ ਹੋਰ ਹੈ ਬਾਈ, ਕੱਲ੍ਹ ਜਿਵੇਂ ਕਿ ਆਪਾਂ ਨੇ ਵੀਡੀਓ 'ਚ ਦੱਸਤਾ ਸੀਗਾ ਬਾਈ ਰੇਟ ਰੂਟੇ ਦਾ, ਫੋਟੋਆਂ ਸਪੈਸ਼ਲ ਵੀਡੀਓ ਬਣਾਈ ਟਰੈਕਟਰ ਦੀ, ਫਿਰ ਵੀ ਬਾਈ ਕਈ ਵੀਰਾਂ ਦੇ ਫੋਨ ਆਈ ਗਏ ਕੱਲ੍ਹ ਵੀ ਬਾਈ ਇਹਦਾ ਲਾਸਟ ਰੇਟ ਦੱਸ ਦਿਓ, ਕਹਿੰਦਾ ਵੀ ਇਹਦੀਆਂ ਫੋਟੋਆਂ ਪਾ ਦਿਓ ਹੋਰ। ਅਤੇ ਬਾਈ ਫਿਰ ਫੋਟੋਆਂ ਮੇਰੇ 'ਤੇ ਬਹੁਤ ਵੀਰਾਂ ਨੂੰ ਪਾ ਨਹੀਂ ਹੋਈਆਂ। ਠੀਕ ਹੈ ਜੀ। ਅਤੇ ਵੀਰਾਂ ਨੂੰ ਬਾਈ ਹੱਥ ਬੰਨ੍ਹ ਕੇ ਫਿਰ ਤੋਂ ਬੇਨਤੀ ਹੈ ਜੀ ਕਿ ਮੇਰਾ ਵੀਰ ਵੀਡੀਓ ਵਿੱਚ ਟਰੈਕਟਰ ਨੂੰ ਚੰਗੀ ਤਰ੍ਹਾਂ ਦੇਖ ਲਿਆ ਕਰੋ, ਆਪਾਂ ਸਾਰਾ ਟਰੈਕਟਰ ਅੱਗੇ ਪਿੱਛੇ ਤੋਂ ਘੁੰਮਾ ਕੇ ਦਿਖਾਉਂਦੇ ਹਾਂ, ਵੀਡੀਓ ਵਿੱਚੋਂ ਹੀ ਸਕਰੀਨਸ਼ੋਟ ਲੈ ਲਿਆ ਕਰੋ। ਠੀਕ ਹੈ ਜੀ। ਉਹਦੇ ਬਾਅਦ 'ਚ ਤੁਸੀਂ ਆਪਣਾ ਆ ਕੇ ਉਰੇ ਦੇਖ ਕੇ ਸੌਦਾ ਕਰ ਲਓ ਟਰੈਕਟਰ ਦਾ, ਕੋਈ ਉਹ ਨਹੀਂ ਹੈਗਾ, ਆਪਾਂ ਤੁਹਾਨੂੰ ਸਾਰਾ ਦਿਖਾਤਾ, ਦੇਖ ਲਓ ਟਾਇਰ ਟੂਰ ਹੁੱਕ ਹੱਕ ਸਭ ਕੁਛ। ਆਪਾਂ ਤਾਂ ਟਰੈਕਟਰ ਜਿੱਦਾਂ ਆਇਆ ਤਾਂ ਉੱਤਾ ਵੀ ਨਹੀਂ ਹੈਗਾ, ਉੱਦਾਂ ਤਾਂ ਉੱਦਾਂ ਹੀ ਖੜ੍ਹਾ, ਇਹ ਟਾਈਮ ਲੱਗਦਾ ਨਹੀਂ ਹੈਗਾ। ਅਤੇ ਬਾਕੀ ਚਲੋ ਦੁਬਾਰਾ ਦੱਸ ਦਿੰਦੇ, ਮਾਡਲ 14 ਹੈ ਅਤੇ ਸ਼ਟਲ ਗੇਅਰ ਵਾਲਾ ਹੈ, ਮੈਟ ਗੇਅਰ ਵੀ ਕਹਿੰਦੇ, ਕੋਈ ਸ਼ਟਲ ਗੇਅਰ ਕਹਿੰਦਾ, ਟਾਇਰ ਜਮ੍ਹਾਂ ਹੀ ਨਵਿਆਂ ਵਰਗੇ। ਠੀਕ ਹੈ ਜੀ। ਅਤੇ ਬਾਕੀ ਟਰੈਕਟਰ ਸਾਰਾ ਰਿਜਨਲ ਆ ਬਾਈ, ਜਿਮੀਦਾਰ ਕੋਲ ਤਾਂ ਆਇਆ ਵਾ ਟਰੈਕਟਰ, ਆਪਾਂ ਨੇ ਕੱਲ੍ਹ ਵੀ ਦੱਸਿਆ ਤਾ ਵੀ ਨਵੇਂ ਅਰਜਨ ਨੋਵੋ ਦੇ ਵਿੱਚ ਘੱਟ ਹੋਇਆ ਟਰੈਕਟਰ ਇਹ। ਠੀਕ ਹੈ ਜੀ। ਅਤੇ ਆਲਾ ਗੇਅਰ ਆ ਦੇਖੋ, ਆ ਗਏ। ਠੀਕ ਹੈ ਜੀ। ਬਾਕੀ ਚਲੋ ਠੀਕ ਹੈ ਜੀ। ਰੇਟ ਆਪਣੇ ਦੱਸਤਾ ਸੀਗਾ ਤਾਂ ਬਾਈ 4.5 ਲੱਖ ਮੁੱਲ, ਬਾਕੀ ਦਾ ਮਾੜਾ ਮੋਟਾ ਮੌਕੇ 'ਤੇ ਰੇਟ ਆ ਕੇ ਹੋ ਜੂਗਾ ਬਾਈ। ਫੋਨ ਦਾ ਰੇਟ ਵੀ 4.5 ਲੱਖ ਆ, ਅਤੇ ਜਿਹੜਾ ਤੁਸੀਂ ਆਉਂਗੇ ਫਿਰ ਮੌਕੇ 'ਤੇ ਬਹਿ ਕੇ ਸੌਦਾ ਵੱਧ ਘੱਟ ਰੇਟ ਕਰ ਲਾਂਗੇ ਮਾੜਾ ਮੋਟਾ ਜੀ, ਕੋਈ ਗੱਲ ਨਹੀਂ। ਅਤੇ ਬਾਕੀ ਬਾਈ ਇਹ ਤੋਂ ਇਲਾਵਾ ਹੋਰ ਅੱਜ ਆਪਣਾ 40x2 ਵੀ ਦੇ ਤਾ, ਇੱਕ ਆਪਣੇ ਕੋਲ 475 ਖੜਾ ਸੀ ਉਹ ਵੀ ਵਿਕ ਗਿਆ, ਟਰੈਕਟਰ ਵਿਕ ਗਏ ਜਾਣੀ ਕਿ ਵਧੀਆ। ਅਤੇ ਇੱਧਰ ਫਿਰ ਇਹ ਤੋਂ ਇਲਾਵਾ ਹੋਰ ਨਵਿਆਂ ਬਾਰੇ ਸਭ ਨੂੰ ਪਤਾ ਹੀ ਆ, ਸਾਡਾ ਸੇਠੀ ਬਾਈ ਆ ਤੇਲ ਵਾਲਾ ਬਾਈ। ਹੋਰ ਸੇਠੀ ਵੀਰੇ ਠੀਕ ਆ? ਹਾਂ ਵਧੀਆ। ਕੰਮ ਕਰ ਕਿੱਦਾਂ ਤੇਲ ਦਾ? ਬਹੁਤ ਵਧੀਆ ਚੱਲ ਰਿਹਾ ਅੱਜ ਕੱਲ੍ਹ। ਕਿਸੇ ਨੇ ਬਾਈ ਸਾਡੇ ਨਾਲ ਇਹਨਾਂ ਦੇ ਸ਼ੋਰੂਮ ਹੈ, ਥੋਕ ਦਾ ਤੇਲ ਦਾ ਕੰਮ ਹੈ, ਕਿਸੇ ਵੀ ਕੰਪਨੀ ਦਾ ਤੇਲ ਲੈਣਾ ਹੈ ਤਾਂ ਜਾਣੀ ਕਿ ਜਿੰਨੇ ਵੀ ਡੀਲਰਾਂ ਤੇਲ ਤੁਸੀਂ ਉਹ ਵੇਚਦੇ ਆ, ਸਾਰਾ ਤੇਲ ਬਾਈ ਰੋਪੜ ਦੇ ਇਹਨਾਂ ਕੋਲ ਜਾਂਦਾ। ਅਤੇ ਜੇ ਬਾਈ ਇਹਨਾਂ ਨੇ ਕੋਲੋਂ ਸਿੱਧਾ ਲੈਣਾ ਤਾਂ ਸਿੱਧੇ ਵੀ ਆ ਕੇ ਲੈ ਸਕਦੇ ਹਾਂ, ਹੈ ਨਾ। ਕਿਸੇ ਨੂੰ ਇੱਕ ਬਾਲਟੀ ਚਾਹੀਦੀ ਆ, ਦੋ ਡਰੰਮ ਚਾਹੀਦਾ, ਜੋ ਮਰਜ਼ੀ ਆ ਕੇ ਲੈ ਜਾਇਆ ਕਰੋ। ਹਾਂ ਵਧੀਆ ਐਨ ਪੂਰਾ ਰੇਟ ਬਾਈ ਇਹਨਾਂ ਦਾ ਵਧੀਆ, ਨਹੀਂ ਜੇ ਨਹੀਂ ਦਿੰਦਾ ਤਾਂ ਅਸੀਂ ਨਾਲ ਆ ਕੇ ਸਾਨੂੰ ਕਹਿ ਦਿਓ। ਬਾਕੀ ਬਾਈ ਇੰਡੋ ਫਾਰਮ ਟਰੈਕਟਰ ਵੀ ਆਉਣੇ ਕੋਲ ਨਵੇਂ, ਕੋਈ ਇੰਡੋ ਫਾਰਮ ਦਾ ਚਾਹ ਵਾਲਿਆ ਤਾਂ ਇੰਡੋ ਫਾਰਮ ਆ ਕੇ ਦੇਖਿਓ ਜ਼ਰੂਰ, ਅਤੇ ਸਾਰੇ ਮਾਡਲ ਹੁੰਦੇ ਨੇ ਆਪਣੇ ਕੋਲ A to Z। ਅਤੇ ਵੀਡੀਓ ਵੀ ਲੰਬੀ ਹੋ ਜਾਣੀ ਬਾਈ, ਕਈ ਵਾਰ ਵੀਡੀਓ ਲੰਬੀ ਬਣ ਜਾਂਦੀ, ਕਈ ਵਾਰ ਅਸੀਂ ਆਪਾਂ ਛੋਟੀ ਨਾਲ ਵੀ ਸਾਰ ਦੀਦਾ। ਅਤੇ ਇਸ ਤੋਂ ਇਲਾਵਾ ਬਾਈ ਆਪਣੇ ਕੋਲ ਟਰੈਕਟਰ ਉਹੀ ਖੜ੍ਹੇ ਨੇ ਲਗਭਗ, ਹੋਰ ਕੋਈ ਨਵਾਂ ਟਰੈਕਟਰ ਆਇਆ ਨਹੀਂ ਹੈਗਾ। ਲਓ ਜੀ ਸੋਨਾ ਲੀਕ ਵਾਲੇ ਲਾਗੇ ਟਰੈਕਟਰ ਲਓ, ਉਹ ਕਿਆ ਹੋ ਗਿਆ ਧੂੰਆਂ ਮਾਰਦਾ, ਕੱਚਾ ਧੂੰਆਂ ਬਾਈ ਟਰੈਕਟਰ, ਠੀਕ ਕੱਚਾ ਧੂੰਆਂ ਮਾਰ ਗਿਆ ਟਰੈਕਟਰ। ਚਲੋ ਬਾਈ ਜਿਹੜਾ ਕੋਈ ਹੋਰ ਟਰੈਕਟਰ ਆਇਆ ਆਪਾਂ ਅਗਲੀ ਵੀਡੀਓ 'ਚ ਬਣਾ ਕੇ ਪਾਵਾਂਗੇ ਬਾਈ, ਟਰੈਕਟਰ ਬਾਰੇ ਦੇਵਾਂਗੇ ਜਾਣਕਾਰੀ। ਅਤੇ ਜੇ ਕਿਸੇ ਮੇਰੇ ਵੀਰ ਨੇ ਟਰੈਕਟਰ ਸਿੱਧਾ ਵੇਚਣਾ ਹੁੰਦਾ ਤਾਂ ਉਹ ਵੀ ਜ਼ਰੂਰ ਦੱਸਦੇ ਕਰੋ ਬਾਈ, ਟਰੈਕਟਰ ਦੀਆਂ ਫੋਟੋਆਂ ਵੀਡੀਓਆਂ ਅਤੇ ਰੇਟ ਨਾਲ ਜ਼ਰੂਰ ਦੱਸਦੇ ਕਰੋ ਬਾਈ, ਇੰਨਾ ਰੇਟ ਆ ਜੀ। ਠੀਕ ਹੈ ਜੀ। ਅਤੇ ਕਈ ਵੀਰ ਬਾਈ ਇਕੱਲੀਆਂ ਫੋਟੋਆਂ ਪਾ ਕੇ ਛੱਡਦੇ ਨੇ, ਅੱਗੇ ਕੁਛ ਨਹੀਂ ਦੱਸਦੇ, ਮੇਰਾ ਵੀਰ ਸਾਰੀ ਡਿਟੇਲ ਦਿਆ ਕਰੋ ਟਰੈਕਟਰ ਦੀ ਵੀ ਆਹ ਇੱਦਾਂ ਇੰਨਾ ਮਾਡਲ, ਆਹ ਏਰੀਆ, ਆਹ ਡਿਟੇਲ ਆ, ਫਿਰ ਪਤਾ ਲੱਗਦਾ, ਇਕੱਲੀਆਂ ਫੋਟੋਆਂ ਪਾ ਕੇ ਬਾਈ ਕੁਛ ਨਹੀਂ ਪਤਾ ਲੱਗਦਾ। ਠੀਕ ਹੈ ਜੀ। ਅਤੇ ਬਾਕੀ ਚਲੋ ਠੀਕ ਹੈ ਜੀ, ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ, ਅਤੇ ਆਪਣੇ ਬਾਈ ਚੈਨਲ ਨੂੰ ਵੀ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਹੋਰ ਵੀਡੀਓ ਦੇਖਣ ਦੇ ਵਾਸਤੇ। ਅਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਵਿੱਚ, ਸਾਰੇ ਵੀਰਾਂ ਦਾ ਧੰਨਵਾਦ ਜੀ।